ਜੇ ਧਰਤੀ ਤੇ ਸਵਰਗ ਦੇਖਣਾ ਹੈ ਤਾਂ ਆਜੋ ਕੁਆਰੀ ਲੇਕ ਕੁਝ ਟਾਈਮ ਪਹਿਲਾਂ ਇੱਥੇ ਕੋਈ ਪਾਰਕਿੰਗ ਟਿਕਟ ਨਹੀਂ ਹੁੰਦੀ ਸੀ ਪਰ ਹੁਣ ਸਵਰਗ ਦੇਖਣ ਦੀ ਟਿਕਟ ਪੇ ਕਰ ਨਹੀਂ ਬੰਦੀ ਹੈ ਇਹ ਸੁੰਦਰ ਨਜ਼ਾਰਾ ਪਾਰਕਿੰਗ ਲੋਟ ਤੋਂ ਜਸਟ 2 ਮਿੰਟ ਦੀ ਵਾਕ ਤੇ ਹੈ ਕੁਆਰੀ ਲੇਕ ਦੇ ਹਰ ਪਾਸੇ ਪਹਾੜੀਆਂ ਦੇ ਸ਼ਾਨਦਾਰ ਵਿਊਜ਼ ਨੇ ਤੇ ਤੁਸੀਂ ਇਹਨਾਂ ਨੂੰ ਘੰਟਾ-ਘੰਟਾ ਬੈਠ ਕੇ ਦੇਖ ਸਕਦੇ ਹੋ ਤੇ ਕੁਦਰਤ ਦੀ ਇਹ ਕਲਾਕ੍ਰਿਤੀਆਂ ਦੀ ਤਾਰੀਫ਼ ਕਰ ਸਕਦੇ ਹੋ ਇੱਥੇ ਪਿਕਨਿਕ ਬਣਾਉਣ ਲਈ ਕਾਫੀ ਬੈਂਚਸ ਵੀ ਨੇ ਜੇ ਵੀਕਐਂਡ ਤੇ ਆਉਂਗੇ ਤਾਂ ਇੱਥੇ ਬਹੁਤ ਜ਼ਿਆਦਾ ਰੌਣਕ ਲੱਗੀ ਹੁੰਦੀ ਹੈ ਤੇ ਹੋ ਸਕਦਾ ਹੈ ਕਿ ਕੋਈ ਬੈਂਚ ਖਾਲੀ ਵੀ ਨਾ ਮਿਲੇ ਇੱਥੇ ਮਿਨੀ ਬੀਚ ਵੀ ਹੈ ਜਿੱਥੇ ਬੱਚੇ ਬਹੁਤ ਇੰਜੋਏ ਕਰਦੇ ਨੇ ਲੇਕ ਦੇ ਬਿਲਕੁਲ ਸਾਹਮਣੇ ਵਾਸ਼ਰੂਮਸ ਨੇ ਜੋ ਪ੍ਰੋਪਰਲੀ ਮੇਨਟੇਨ ਰੱਖੇ ਹੋਏ ਨੇ ਤੇ ਲੇਕ ਦੇ ਅਰਾਊਂਡ ਵਾਕ ਕਰਨ ਲਈ ਟ੍ਰੇਲ ਵੀ ਹੈ ਕੁਐਰੀ ਦਾ ਮਤਲਬ ਹੁੰਦਾ ਹੈ ਖੋਦੀ ਹੋਈ 1970 ਦੇ ਵਿੱਚ ਇਸ ਜਗ੍ਹਾ ਤੇ ਕੋਲੇ ਦੀਆਂ ਖਾਨਾ ਹੁੰਦੀਆਂ ਸੀ ਪਰ ਜਦੋਂ ਤੋਂ ਪੈਟਰੋਲੀਅਮ ਦੀ ਪੋਪੂਲੈਰਿਟੀ ਸ਼ੁਰੂ ਹੋਈ ਕੈਨਮੋਰ ਦੀਆਂ ਸਾਰੀਆਂ ਕੋਲੇ ਦੀਆਂ ਖਾਨਾ ਬੰਦ ਕਰ ਦਿੱਤੀਆਂ ਗਈਆਂ 1982 ਵਿੱਚ ਇਸ ਜਗ੍ਹਾ ਨੂੰ ਦੁਬਾਰਾ ਤੋਂ এনवायरमेंट ਫ੍ਰੈਂਡਲੀ